ਹੈਲੋ ਸਟੂਡੈਂਟ, ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ। ਅੱਜ ਆਪਾਂ ਗੱਲਬਾਤ ਕਰਾਂਗੇ ਸਟੱਡੀ ਹੱਬ ਲਾਇਬ੍ਰੇਰੀ ਦੇ ਬਾਰੇ। ਸਟੱਡੀ ਹੱਬ ਲਾਇਬ੍ਰੇਰੀ ਜਿਹੜੀ ਕਿ ਅਬੋਹਰ ਦੇ ਜਸਟ ਬੈਕ ਸਾਈਡ ਵਾਲੀ ਗਲੀ ਦੇ ਵਿੱਚ, ਜਦੋਂ ਤੁਸੀਂ ਡਾਕਖਾਨੇ ਵਾਲੀ ਤਰਫ ਆਓਗੇ ਤਾਂ ਉੱਥੇ ਹੈ ਸਟੱਡੀ ਹੱਬ ਲਾਇਬ੍ਰੇਰੀ। ਤੁਸੀਂ ਜਦੋਂ ਹੀ ਇਸ ਗਲੀ ਦੇ ਤਹਿਤ ਡਾਕਖਾਨੇ ਵਾਲੀ ਤਰਫ ਆਓਗੇ ਜਾਂ ਡਾਕਖਾਨੇ ਤੋਂ ਬੱਸ ਸਟੈਂਡ ਦੇ ਬੈਕ ਸਾਈਡ ਜਾਓਗੇ ਤਾਂ ਅੱਧੇ ਰਸਤੇ ਦੇ ਵਿੱਚ ਚੁਰਾਇਆ ਕੰਪਿਊਟਰਸ ਦਾ ਇੱਕ ਫਲੈਕਸ ਲੱਗਿਆ ਹੋਏਗਾ। ਉਹਦੇ ਜਸਟ ਉਤਲੀ ਸਾਈਡ ਤੇ ਸਟੱਡੀ ਹੱਬ ਲਾਇਬ੍ਰੇਰੀ ਹੈ, ਜਿੱਥੇ ਤੁਹਾਨੂੰ ਫੁੱਲੀ ਏਸੀ ਹਾਲ ਹੈ, ਕੰਫਰਟੇਬਲ ਹਾਲ ਹੈ, ਫੁੱਲੀ ਏਸੀ ਹੈ, ਫ੍ਰੀ ਵਾਈਫਾਈ ਦੀ ਸੁਵਿਧਾ ਵੀ ਮਿਲੂਗੀ, ਆਰਓ ਵਾਟਰ ਮਿਨਰਲ ਵਾਟਰ ਦੀ ਸੁਵਿਧਾ ਵੀ ਮਿਲੂਗੀ, ਡੇਲੀ ਨਿਊਜ਼ਪੇਪਰ ਦੀ ਸੁਵਿਧਾ ਵੀ ਮਿਲੂਗੀ, ਉੱਥੇ ਮੈਗਜ਼ੀਨ ਵੀ ਆਉਂਦੀਆਂ ਹੈ, ਠੀਕ ਹੈ, ਔਰ ਸਿਪਰੇਟਡ ਮੋਬਾਈਲ ਲੈਪਟੋਪ ਰੀਚਾਰਜ ਹੈ। ਜਿਸ ਤਰੀਕੇ ਨਾਲ ਆਹ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬੱਚੇ ਜਿਹੜੇ ਹੈ ਕਿਸ ਤਰੀਕੇ ਨਾਲ ਪੜ੍ਹ ਰਹੇ ਹੈ, ਤੁਸੀਂ ਇਹ ਦੇਖ ਰਹੇ ਹੋਣੇ, ਫੋਟੋ ਦੇ ਵਿੱਚ ਨਜ਼ਰ ਆ ਰਹੇ ਹੋਣੇ ਕਿਸ ਤਰੀਕੇ ਨਾਲ ਜਿਹੜਾ ਹੈ ਫੁੱਲੀ ਏਸੀ ਹੈ ਇਹ ਸਟੱਡੀ ਹੱਬ ਲਾਇਬ੍ਰੇਰੀ। ਇਹਦੇ ਨਾਲ ਨਾਲ ਅਗਰ ਤੁਸੀਂ ਇਹਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ, ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 95-925-68-400, ਠੀਕ ਹੈ। ਇੱਕ ਨੰਬਰ ਹੋਰ ਹੈ 98-882-23-040। ਇਹ ਦੋ ਨੰਬਰਾਂ 'ਤੇ ਗੱਲਬਾਤ ਕਰਕੇ ਤੁਸੀਂ ਇੱਥੋਂ ਡਿਟੇਲ ਲੈ ਸਕਦੇ ਹੋ। ਬਟ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹਾਂ ਕਿ ਇਹ ਜਿਹੜੀ ਸਟੱਡੀ ਹੱਬ ਲਾਇਬ੍ਰੇਰੀ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਓਪਨ ਹੁੰਦੀ ਹੈ, ਠੀਕ ਹੈ ਜੀ। ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਓਪਨ ਰਹਿੰਦੀ ਹੈ। ਇਹਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰਕੇ ਪੁੱਛ ਸਕਦੇ ਹੋ। ਤੁਹਾਨੂੰ ਮੈਂ ਦੱਸ ਦੇਵਾਂ, ਜਿਹੜੇ ਬੱਚੇ ਕੰਫਰਟੇਬਲ ਸਟੱਡੀ ਕਰਨਾ ਚਾਹੁੰਦੇ ਹੈ ਉਹ ਸਟੱਡੀ ਹੱਬ ਲਾਇਬ੍ਰੇਰੀ 'ਤੇ ਆ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਦੇ ਹੈ। ਜਿਸ ਤਰੀਕੇ ਨਾਲ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੈ ਕਿ ਇਸ ਤਰੀਕੇ ਦਾ ਫਰਨੀਚਰ ਇਸ ਲਾਇਬ੍ਰੇਰੀ ਦੇ ਵਿੱਚ ਲੱਗਿਆ ਹੋਇਆ ਹੈ, ਕਾਫੀ ਸੀਟਾਂ ਫੁੱਲ ਹੋ ਚੁੱਕੀਆਂ ਹੈ। ਤੁਸੀਂ ਵੀ ਜ਼ਿਆਦਾ ਦੇਰ ਨਾ ਕਰੋ, ਤੁਸੀਂ ਵੀ ਜ਼ਿਆਦਾ ਰੁਕੋ ਨਹੀਂ ਤਾਂ ਕਿ ਕਿਤੇ ਸੀਟਾਂ ਸਾਰੀਆਂ ਫੁੱਲ ਨਾ ਹੋ ਜਾਣ। ਤਾਂ ਜਲਦੀ ਜਲਦੀ ਹੁਣ ਵੀ ਤੁਸੀਂ ਫੋਨ ਚੱਕੋ ਅਤੇ ਕਾਲ ਕਰੋ 95-925-68-400 'ਤੇ। ਧੰਨਵਾਦ।